ਇਹ ਭਰਾ ਬਲਵਿੰਦਰ ਸਿੰਘ ਹੈ ਗੁਰਦਾਸਪੁਰ ਤੋਂ ਆਏ ਹਨ ਇਹ ਦੱਸ ਰਹੇ ਹਨ ਇਹਨਾਂ ਦਾ ਜੋ ਖੱਬਾ ਪਾਸਾ ਹੈ ਬਿਲਕੁਲ ਖੜਾ ਹੋ ਗਿਆ ਇਸ ਅਧਰੰਗ ਹੋ ਗਿਆ ਸੀ ਇਹਨਾਂ ਨੇ ਪ੍ਰਾਰਥਨਾ ਭਵਨ ਆ ਕੇ ਪ੍ਰਾਰਥਨਾ ਕੀਤੀ ਪ੍ਰਾਰਥਨਾ ਭਵਨ ਆ ਕੇ ਪ੍ਰਾਰਥਨਾ ਕਰਨ ਦੇ ਦੁਆਰਾ ਪ੍ਰਭੂ ਨੇ ਇਹਨਾਂ ਦੇ ਸਰੀਰ ਨੂੰ ਬਿਲਕੁਲ ਹਰ ਬੰਦੇ ਤੋਂ ਮੁਕਤ ਕੀਤਾ ਸਰ ਯੋਧਾ ਧੜ ਵਿੱਚ ਜਾ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ ਹਾਲੇਲੂਇਆ ਜੀ ਦਵਾਈ ਦੇ ਰਹੇ ਹਨ ਕਿ ਇਹਨਾਂ ਦੇ ਪਿਤਾ ਜੀ ਦੇ ਗਲੇ ਦਾ ਕੈਂਸਰ ਹੋ ਗਿਆ ਸੀ ਗਲੇ ਦਾ ਕੈਂਸਰ ਹੋਇਆ ਇਹਨਾਂ ਨੇ ਗੁਰਦਾਸਪੁਰ ਵਿੱਚ ਚਰਚ ਵਿੱਚ ਖਾਸ ਪ੍ਰਭੂ ਯੇਸ਼ੂ ਦੇ ਪਾਕ ਯੂਕਸ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੇ ਗਲੇ ਦਾ ਕੈਂਸਰ ਪ੍ਰਭੂ ਨੇ ਦੂਰ ਕੀਤਾ ਅਤੇ ਅੱਜ ਇਸ ਗਵਾਈ ਦੇਣ ਲਈ ਪ੍ਰਾਰਥਨਾ ਵਿੱਚ ਸਾਹਿਬ ਜ਼ੋਰਦਾਰ ਤਾੜੀ ਵਜਾ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ